ਕੋਵਿਡ 19 ਦੇ ਸੰਕਟ ਦੇ ਇਸ ਦੌਰ ਵਿੱਚ ਕੁਝ ਚੰਗੇ ਤੇ ਹਾਂ ਪੱਖੀ ਸਿੱਟੇ ਵੀ ਦੇਖਣ ਨੂੰ ਮਿਲ ਰਹੇ ਹਨ। ਮੁਕਤਸਰ ਸ਼ਹਿਰ ਵਿੱਚ ਨਗਰ ਨਿਗਮ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਦੇ ਮੱਦੇਨਜ਼ਰ ਅੱਜ ਸ਼ਹਿਰ ਪਹਿਲਾਂ ਦੇ ਮੁਕਾਬਲੇ ਕਾਫ਼ੀ ਸਾਫ਼ ਸੁਥਰਾ ਨਜ਼ਰ ਆ ਰਿਹਾ ਹੈ। ਇੱਥੇ ਇੱਕ ਪਾਸੇ ਪ੍ਰਾਈਵੇਟ ਮੋਟਰ ਗੱਡੀਆਂ ਨਾ ਚੱਲਣ ਕਰਕੇ ਪ੍ਰਦੂਸ਼ਣ ਘਟਿਆ, ਉੱਥੇ ਸ਼ਹਿਰ ਦੇ ਸਾਰੇ ਕੂੜਾ ਡੰਪਾਂ ਨੂੰ ਮੁਕੰਮਲ ਤੌਰ ਤੇ ਖਤਮ ਕਰ ਦਿੱਤਾ ਗਿਆ ਹੈ। ਕੋਰੋਨਾ ਦੀ ਇਨਫੈਕਸ਼ਨ ਤੋਂ ਬਚਾਅ ਲਈ ਘਰੋਂ ਘਰੀ ਜਾਣ ਵਾਲੀਆਂ ਕੂੜਾ ਚੁੱਕਣ ਵਾਲੀਆਂ ਰੇਹੜੀਆਂ ਦੀ ਪ੍ਰਥਾ ਨਵੇਂ ਸਖ਼ਤੀ ਨਾਲ ਬੰਦ ਕਰ ਦਿੱਤਾ ਗਿਆ ਹੈ। ਸ਼ਹਿਰ ਨੂੰ ਸਾਫ਼ ਸੁਥਰਾ ਅਤੇ ਕੂੜਾ ਮੁਕਤ ਰੱਖਣ ਲਈ ਯੋਜਨਾਬੱਧ ਢੰਗ ਨਾਲ ਵਾਰਡ ਵਾਈਜ਼ ਟਰੱਕਾਂ ਅਤੇ ਟਰੈਕਟਰ ਟਰਾਲੀਆਂ ਦਾ ਪ੍ਰਬੰਧ ਕੀਤਾ ਗਿਆ ਹੈ, ਜੋ ਡੋਰ ਟੂ ਡੋਰ ਜਾ ਕੇ ਮੁਨਾਦੀ ਕਰਦਿਆਂ ਕੂੜਾ ਇਕੱਤਰ ਕਰ ਰਹੀਆਂ ਨੇ। ਇਹਨਾਂ ਟਰੱਕਾਂ ਨਾਲ ਨਿਗਮ ਦੇ ਸਫ਼ਾਈ ਕਰਮੀ ਵੀ ਜਾਂਦੇ ਨੇ, ਜੋ ਲੋਕਾਂ ਵੱਲੋਂ ਦਿੱਤੇ ਕੂੜਾਦਾਨਾਂ ਚੋਂ ਕੂੜਾ ਟਰੱਕ ਵਿੱਚ ਲੋਡ ਕਰਕੇ ਸ਼ਹਿਰੋਂ ਬਾਹਰ ਨਿਗਮ ਦੇ ਸੈਂਟਰ ਵਿੱਚ ਇਕੱਤਰ ਕਰਦੇ ਨੇ। ਟਰੱਕ ਦੇ ਲੱਗੇ ਸਪੀਕਰ ਰਾਹੀਂ ਲੋਕਾਂ ਨੂੰ ਕੂੜਾ ਟਰੱਕ ਵਿੱਚ ਪਾਉਣ ਦੀ ਅਪੀਲ ਕੀਤੀ ਜਾਂਦੀ ਹੈ। ਕੂੜਾ ਬਾਹਰ ਸੁੱਟਣ ਵਾਲੇ ਲੋਕਾਂ ਨੂੰ ਸਜ਼ਾਯੋਗ ਅਪਰਾਧ ਬਾਰੇ ਸੁਚੇਤ ਕੀਤਾ ਜਾਂਦਾ ਹੈ। ਨਗਰ ਨਿਗਮ ਮੋਗਾ ਦੇ ਇਸ ਯਤਨ ਨਾਲ ਸ਼ਹਿਰ ਦਾ ਹੁਣ ਕੋਈ ਵੀ ਘਰ, ਗਲੀ ਜਾਂ ਬਾਜ਼ਾਰ ਵਿੱਚ ਕੂੜਾ ਨਹੀਂ ਸੁੱਟਦਾ ਅਤੇ ਸਫ਼ਾਈ ਕਾਮਿਆਂ ਵੱਲੋਂ ਰੋਜ਼ਾਨਾ ਕੀਤੀ ਜਾਂਦੀ ਸਫ਼ਾਈ ਸਦਕਾ ਮੋਗਾ ਸ਼ਹਿਰ ਦੀ ਨੁਹਾਰ ਹੀ ਬਦਲ ਗਈ ਹੈ। ਕੂੜਾ ਇਕੱਠਾ ਕਰਨ ਵਾਲੇ ਸਫ਼ਾਈ ਕਰਮੀਆਂ ਨੂੰ ਵੀ ਕੋਰੋਨਾ ਤੋਂ ਸੁਰੱਖਿਅਤ ਰੱਖਣ ਲਈ ਸੈਨੇਟਾਈਜ਼ਰ, ਮਾਸਕ ਅਤੇ ਦਸਤਾਨੇ ਮੁਹੱਈਆ ਕਰਵਾਏ ਗਏ ਹਨ। ਮੋਗਾ ਨਗਰ ਨਿਗਮ ਦੀ ਕਮਿਸ਼ਨਰ ਰਣੀਤਾ ਦਰਸ਼ੀ ਨੇ ਬਰਸਾਤ ਪਾਰਟੀ ਦੀ ਪ੍ਰਤੀਨਿਧ ਨੂੰ ਦੱਸਿਆ ਕਿ ਸਟਰੀਟ ਲਾਈਟ, ਜਲ ਸਪਲਾਈ ਜਾਂ ਸੀਵਰੇਜ ਆਦਿ ਦੀਆਂ ਸ਼ਿਕਾਇਤਾਂ ਲਈ ਫੋਨ ਫ੍ਰੀ ਟੋਲ ਫ੍ਰੀ ਨੰਬਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਹੈ ਕਿ ਸ਼ਹਿਰ ਦੇ ਸਾਰੇ ਹੀ ਵਾਰਡਾਂ ਵਿੱਚ ਫੋਗਿੰਗ ਤੋਂ ਇਲਾਵਾ ਸੋਡੀਅਮ ਹਾਈਪੋਕਲੋਰਾਈਡ ਦੀ ਸਪਰੇਅ ਵੀ ਕੀਤੀ ਜਾਂਦੀ ਹੈ, ਜਿਸ ਨਾਲ ਬਿਮਾਰੀਆਂ ਦਾ ਖਤਰਾ ਘੱਟ ਗਿਆ ਹੈ। ਦਫ਼ਤਰ ਵਿੱਚ ਅਸੀਂ ਕੰਟਰੋਲ ਰੂਮ ਖੋਲਿਆ ਹੈ, ਜਿਸ ਦਾ ਨੰਬਰ ਹੈਗਾ 01632333124। ਮੋਗਾ ਕਾਰਪੋਰੇਸ਼ਨ 'ਚ ਰਹਿੰਦੇ ਸਾਰੇ ਨਿਵਾਸੀਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਜੇ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਕੰਪਲੇਂਟ ਹੈ, ਕੋਈ ਸਫਾਈ ਦੀ ਹੈ ਜਾਂ ਸੀਵਰੇਜ ਦੀ ਹੈ ਜਾਂ ਵਾਟਰ ਸਪਲਾਈ ਦੀ ਪ੍ਰੋਬਲਮ ਹੈ ਜਾਂ ਕਿਸੇ ਨੂੰ ਰਾਸ਼ਨ ਦੀ ਵੀ ਲੋੜ ਹੈਗੀ ਹੈ, ਇਸ ਨੰਬਰ 'ਤੇ ਕਾਲ ਕਰਨ। 24/7 ਸਾਡਾ ਓਪਨ ਰਹੇਗਾ। ਮੋਗਾ ਸ਼ਹਿਰ ਵਿੱਚ ਹੁਣ ਪੂਰੀ ਤਰ੍ਹਾਂ ਸਾਫ਼ ਸਫਾਈ ਨਜ਼ਰ ਆਉਂਦੀ ਹੈ। ਪਾਰਕਾਂ ਵਿੱਚ ਸਾਫ਼ ਸਫਾਈ ਅਤੇ ਹਰੀ ਹਰੀ ਘਾਹ ਉੱਗਣ ਕਰਕੇ ਪੰਛੀ ਵੀ ਭਾਰੀ ਗਿਣਤੀ ਵਿੱਚ ਇੱਥੇ ਆਉਂਦੇ ਹਨ ਤੇ ਚਹਿਲਕਦਮੀ ਕਰਦੇ ਹਨ। ਸ਼ਹਿਰ ਵਾਸੀਆਂ ਨੇ ਸਮੁੱਚੇ ਤੌਰ ਤੇ ਸਫਾਈ ਲਈ ਪ੍ਰਸ਼ਾਸਨ ਦਾ ਧੰਨਵਾਦ ਕੀਤਾ ਹੈ। ਕੋਰੋਨਾ ਦੀ ਭਿਆਨਕ ਬਿਮਾਰੀ ਕਰਕੇ ਜਿੱਥੇ ਪੂਰੇ ਦੇਸ਼ ਨੂੰ ਲਾਕਡਾਊਨ ਕੀਤਾ ਗਿਆ ਹੈ, ਪੰਜਾਬ ਦੇ ਵਿੱਚ ਕਰਫਿਊ ਲਾਇਆ ਗਿਆ ਹੈ, ਉੱਥੇ ਜੋ ਕਿ ਬੜੀ ਵੱਡੀ ਲੋੜ ਸੀ ਕੂੜੇ ਦੇ ਡੰਪਾਂ ਨੂੰ ਹਟਾਇਆ ਜਾਣਾ ਔਰ ਘਰਾਂ ਦੇ ਵਿੱਚੋਂ ਕੂੜੇ ਦੀ ਕਲੈਕਸ਼ਨ ਕਰਨੀ, ਉਸ ਗੱਲ ਲਈ ਮੈਂ ਬਹੁਤ ਧੰਨਵਾਦ ਕਰਦਾ ਮਾਨਯੋਗ ਸਾਡੇ ਜੋ ਸਾਡੇ ਕਮਿਸ਼ਨਰ ਸਾਹਿਬ ਨੇ ਮੈਡਮ ਅਨੀਤਾ ਦਰਸ਼ੀ ਜੀ, ਕਿਉਂਕਿ ਸਾਡੇ ਸ਼ਹਿਰ ਦੇ ਵਿੱਚ ਡੇਲੀ ਬੇਸ 'ਤੇ ਕੂੜੇ ਦੀ ਕਲੈਕਸ਼ਨ ਹੋ ਰਹੀ ਹੈ, ਜਿਸ ਤੋਂ ਭਿਆਨਕ ਬਿਮਾਰੀਆਂ ਫੈਲਣ ਦਾ ਹੋਰ ਡਰ ਸੀ। ਇਸ ਲਈ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰਦਾ ਕਿ ਲਾਕਡਾਊਨ ਤੋਂ ਬਾਅਦ ਵੀ ਇਸ ਨੂੰ ਇਸੇ ਤਰ੍ਹਾਂ ਨਿਰੰਤਰ ਜਾਰੀ ਰੱਖਿਆ ਜਾਵੇ ਅਤੇ ਕੂੜੇ ਦੇ ਡੰਪਾਂ ਤੋਂ ਕੋਵਿਡ 19 ਕਾਰਨ ਪੰਜਾਬ ਵਿੱਚ ਲਗਾਏ ਗਏ ਕਰਫਿਊ